ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਅਸੀਂ ਅੱਜ ਪਹੁੰਚੇ ਹਾਂ ਸਿੱਖ ਗੈਲਰੀ ਦੇ ਅੰਦਰ। ਮਹਾਰਾਣੀ ਜਿੰਦ ਕੌਰ ਦੀ ਹਵੇਲੀ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਿਆਰੀ ਵਾਈਫ ਸੀ, ਜਿਹਨੂੰ ਉਹਨਾਂ ਨੂੰ ਜ਼ਿਆਦਾ ਮਹਿਬੂਬ ਸੀ, ਉਹਨਾਂ ਵਾਸਤੇ ਇਹ ਹਵੇਲੀ ਵਾਹਿਦ ਇੱਕ ਹਵੇਲੀ ਜਿਹੜੀ ਕਿ ਮਹਾਰਾਣੀ ਜਿੰਦ ਕੌਰ ਦੇ ਨਾਲ ਮਨਸੂਬ ਹੈ। ਅਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਥੋੜ੍ਹਾ ਟਾਈਮ ਦੇ ਵਿੱਚ ਉਹਨਾਂ ਦੀ ਇਹ ਹਵੇਲੀ ਦੇ ਅੰਦਰ ਜੋ ਕਲੈਕਸ਼ਨ ਪਈ ਹੋਈ ਹੈ, ਜਿਹੜੀ ਕਿ ਅੱਜ ਕੱਲ੍ਹ ਸਿੱਖ ਗੈਲਰੀ ਹੈ, ਸਾਡੇ ਇੱਥੇ ਦੇ ਇੰਚਾਰਜ ਜਿਹੜੇ ਕਿਉਰੇਟਿਵ ਜਿਹੜੇ ਨੇ ਉਹ ਨੇ ਅੰਜੁਮਦਾਰਾ ਸਾਹਿਬ, ਹੋਰ ਇੱਥੇ ਬਹੁਤ ਕੁਛ ਐਸਾ ਪਿਆ ਹੋਇਆ ਜਿਹੜਾ ਕਿ ਸਿੱਖ ਹਿਸਟਰੀ ਦੇ ਨਾਲ ਸੰਬੰਧ ਹੈ। ਅਤੇ ਉਹ ਕੋਸ਼ਿਸ਼ ਕਰਦੇ ਹਾਂ ਅਸੀਂ ਤੁਹਾਨੂੰ, ਕਿਉਂਕਿ ਲੈ ਕੇ ਚੱਲਦੇ ਹਾਂ, ਔਰ ਆਓ ਅੱਗੇ ਲੈ ਕੇ ਚੱਲਦੇ ਹਾਂ, ਔਰ ਤੁਹਾਨੂੰ ਦੱਸਦੇ ਹਾਂ ਖਾਲਸਾ ਹਿਸਟਰੀ ਦੇ ਨਾਲ ਕੀ ਚੀਜ਼ ਜਿਹੜੀ ਹੈ ਜੁੜੀ ਹੋਈ ਹੈ। ਇਹ ਦੇਖੋ ਤੁਸੀਂ, ਇਹ ਰਾਜਾ ਗੁਲਾਬ ਸਿੰਘ ਪਹਿਲਾ ਜਿਹੜਾ ਕਹਿ ਲਵੋ ਤੁਸੀਂ ਕਿ ਕਸ਼ਮੀਰੀ ਰਾਜਾ ਜਿਹੜਾ ਉਹ ਹੈ, ਫਿਰ ਉਸ ਤੋਂ ਬਾਅਦ ਧਿਆਨ ਸਿੰਘ ਡੋਗਰਾ ਜਿਹੜਾ ਉਹਦਾ ਪੁੱਤਰ ਹੀਰਾ ਸਿੰਘ, ਜਿਨ੍ਹਾਂ ਨੇ ਬਹੁਤ ਕਾਰਨਾਮੇ ਕੀਤੇ ਭੈੜੇ ਭੈੜੇ ਸਿੱਖ ਹਿਸਟਰੀ ਦੇ ਵਿੱਚ, ਇਹ ਉਹ ਹੈ ਜੀ। ਔਰ ਉਸ ਤੋਂ ਬਾਅਦ ਫਰੈਡਰਿਕ ਦਲੀਪ ਸਿੰਘ, ਲਓ ਜੀ ਕੁਛ ਲੋਕ ਪੁੱਛਦੇ ਆ ਜੀ ਦਲੀਪ ਸਿੰਘ ਦੇ ਪੁੱਤਰ ਦੇ ਬਾਰੇ 'ਚ, ਅਤੇ ਫਰੈਡਰਿਕ ਦਲੀਪ ਸਿੰਘ ਲਓ ਜੀ, ਇਹ ਪੂਰਾ ਕਹਿ ਲਵੋ ਤੁਸੀਂ ਹਾਥੀ ਦੰਦ ਦੇ ਉੱਤੇ ਕਹਿ ਲਵੋ ਕਿ 1846 ਯਾਨੀ ਕਿ ਸਿੱਖ ਰਾਜ ਖਤਮ ਹੋਣ ਤੋਂ ਸਿਰਫ 2 ਸਾਲ ਪਹਿਲੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਹਾਥੀ ਦੰਦ ਉੱਤੇ ਬਣੀਆਂ ਹੋਈਆਂ ਨੇ ਜੀ। ਪਹਿਲਾ ਗੁਲਾਬ ਸਿੰਘ, ਦੂਸਰਾ ਆਪਣਾ ਖੜਕ ਸਿੰਘ, ਤੀਸਰਾ ਸਲ ਸਿੰਘ, ਧਿਆਨ ਸਿੰਘ, ਤੇਜਾ ਸਿੰਘ, ਬੋਲਦੇ ਜਾਓ ਭਾਅ ਜੀ ਨਾਮ ਜ਼ਰਾ, ਅਕਬਰ ਸਿੰਘ, ਹਾਂਜੀ ਸਾਲ ਸਿੰਘ, ਅੱਖਰ ਸਿੰਘ, ਅੱਖੜ ਸਿੰਘ, ਅੱਖੜ, ਫਿਰ ਉਸ ਤੋਂ ਬਾਅਦ ਅਕਬਰ ਸਿੰਘ ਹੈ, ਅਕਬਰ ਹੈ, ਅਕਬਰ ਸਿੰਘ, ਖੀਰਾ ਸਿੰਘ, ਦੀਵਾਨ ਮੂਲ ਰਾਜ, ਮਹਾਰਾਣੀ ਜਿੰਦਾਂ, ਸ਼ੇਰ ਸਿੰਘ, ਰਣਜੀਤ ਸਿੰਘ, ਦੋਸਤ ਮੁਹੰਮਦ ਖਾਨ, ਨਿਹਾਲ ਨੌਨਿਹਾਲ, ਕੁੰਵਰ ਨੌਨਿਹਾਲ ਸਿੰਘ, ਛਿੱਛਾ ਸਿੰਘ, ਚਚਾ ਸਿੰਘ, ਦਲੀਪ ਸਿੰਘ, ਦਲੀਪ ਸਿੰਘ, ਰੰਬਰ ਸਿੰਘ, ਰੰਬਰ ਸਿੰਘ, ਚੇਤਰ ਸਿੰਘ, ਹੀਰਾ ਸਿੰਘ, ਸ਼ਾਮ ਸਿੰਘ ਅਠਾਰੀਵਾਲ, ਦੀਨਾਨਾਥ, ਔਰ ਥੱਲੇ ਸ਼ਾਲੀਮਾਰ ਬਾਗ ਅਤੇ ਉੱਧਰ ਇੱਕ ਪਾਸੇ ਤਾਜ ਮਹਿਲ। ਇਹ ਡਿਟੇਲਸ ਨੇ ਜੀ ਹਾਥੀ ਦਾਂਦ ਪਰ ਤਸਵੀਰ, ਜੋ ਕਿ 1846 ਮੇਂ ਇੱਕ ਆਰਟ ਗੈਲਰੀ ਮੇਂ ਬਣਾਈ ਗਈ। ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਓਰੀਜਨਲ ਪੇਂਟਿੰਗ ਹੈ ਜੀ, ਇਹੀ ਹੈ ਜਿਹੜੀ ਲਾਹੌਰ ਦੇ ਵਿੱਚ ਮੌਜੂਦ ਹੈ। ਕੁੰਵਰ ਪ੍ਰਤਾਪ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਬਲੈਕ ਐਂਡ ਵਾਈਟ ਕਹਿ ਲਵੋ ਤੁਸੀਂ ਕਿ ਬਰਾਊਨ ਇੰਕ ਦੇ ਨਾਲ ਜਿਹੜੀ ਬਣੀ ਹੋਈ ਪੇਂਟਿੰਗ ਹੈ, ਇਹ ਉਹ ਹੈ ਜੀ। ਹਾਂਜੀ ਮਹਾਰਾਜਾ ਦਲੀਪ ਸਿੰਘ, ਇਹ ਫੋਟੋ ਜੀ ਬਹੁਤ ਪਾਪੂਲਰ ਹੈ ਜੀ, ਜਿਹੜੀ ਅਸਲ ਕਿ ਕਹਿ ਲਵੋ ਤੁਸੀਂ ਕਿ ਵੀ ਲਾਹੌਰ ਦੇ ਇਸ ਮਿਊਜ਼ੀਅਮ ਦੇ ਵਿੱਚ ਪਈ ਹੋਈ ਹੈ। ਫਿਰ ਇਹ ਮਹਾਰਾਜਾ ਰਣਜੀਤ ਸਿੰਘ ਦੀ ਉਹ ਜਿਹੜੀ ਘੋੜੀ ਹੈ, ਅਲ ਮਸ਼ਹੂਰ ਲੈਲੀ, ਇਸ 'ਤੇ ਲੈਲਾ, ਠੀਕ ਹੈ ਜੀ, ਇਸ 'ਤੇ ਲੈਲਾ ਤੋਂ ਬਾਅਦ ਫਰੈਡਰਿਕ ਦਲੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਦਲੀਪ ਸਿੰਘ ਦਾ ਬੇਟਾ। ਹਾਂਜੀ ਜੀ, ਇਹਨਾਂ ਦੇ ਬਾਰੇ ਬਹੁਤ ਜ਼ਿਆਦਾ ਡਿਟੇਲ ਨਹੀਂ ਮਿਲਦੀ, ਬਹੁਤ ਲੋਕ ਪੁੱਛਦੇ ਨੇ। ਮਹਾਰਾਜਾ ਦਾ ਸਭ ਤੋਂ ਖੂਬਸੂਰਤ ਪੁੱਤਰ ਜਿਹੜਾ ਸੀ ਜੀ ਸ਼ੇਰ ਸਿੰਘ, ਜਿਹਨੂੰ ਕੱਦ ਬੁੱਤ ਔਰ ਉਸਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਜਿਹੜਾ ਖੂਬਸੂਰਤ ਗਿਣਿਆ ਜਾਂਦਾ ਉਹ ਇਹੀ ਸੀ। ਔਰ ਮਹਾਰਾਜਾ ਦੀ ਆਪਣੀ ਸਮਾਧ, ਔਰ ਪਿੱਛੇ ਕੁੰਵਰ ਨੌਨਿਹਾਲ ਔਰ ਖੜਕ ਸਿੰਘ ਦੀ ਸਮਾਧ, ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ, ਬੜੀ ਰੀਅਰ ਪਿਕਚਰ, ਠੀਕ ਹੈ ਜੀ, ਬਚਪਨ ਦੀ ਇਹ ਉਸ ਦੌਰ ਦੀ ਯਾਨੀ ਕਿ ਪੇਂਟਿੰਗਸ ਦੇ ਵਿੱਚੋਂ ਇੱਕ ਕੁਲੈਕਸ਼ਨ ਹੈ ਜਿਹਦੇ ਵਿੱਚ ਸਿਰਫ ਦਿਖਾਇਆ ਗਿਆ। ਹਾਂਜੀ ਜੀ, ਇਹ ਮਹਾਰਾਣੀ ਮਹਾਰਾਣੀ ਜਿੰਦਾਂ ਦਾ ਹੱਥ,
ਆਰਮਰੀ ਗੈਲਰੀ ਜਿਹੜੀ ਹੈ, ਕਹਿ ਲਓ ਤੁਸੀਂ ਕਿ ਆਰਮਸ ਜਿਹੜੇ ਯੂਜ਼ ਹੁੰਦੇ ਸੀ ਉਸ ਵੇਲੇ, ਠੀਕ ਹੈ ਜੀ, ਤਲਵਾਰਾਂ ਮੁਖਤਲਿਫ ਡਿਜ਼ਾਈਨ ਨੇ ਜੀ, ਤਲਵਾਰਾਂ ਦੇ ਬਹੁਤ ਵੱਡੀ ਕਲੈਕਸ਼ਨ ਹੈ ਜੀ ਇਹ। ਨਹੀਂ, ਅਸਲ ਵਿੱਚ ਕਲੈਕਸ਼ਨ ਉਹ ਸਿੱਖ ਦੌਰ ਦੇ ਵਿੱਚ ਜਿਹੜੀ ਹੈ ਇਹਨਾਂ ਦੇ ਹੱਥ ਲੱਗਦੀ ਹੈ ਬ੍ਰਿਟਿਸ਼ ਦੇ, ਇਸ ਵਾਸਤੇ ਇਹਨਾਂ ਨੂੰ ਇਹ ਗੱਲ ਕਿਹਾ ਜਾਂਦਾ। ਡੈਫੀਨੇਟਲੀ ਉਹ ਪਹਿਲੇ ਦੀਆਂ ਵੀ ਤਾਂ ਮੌਜੂਦ ਹੀ ਹੋਣਗੀਆਂ ਵਿੱਚ। ਪਸਤੋਲਾਂ, ਨਗਾੜੇ ਜਦੋਂ ਕਿ ਵੱਜਦੇ ਸਨ, ਨਗਾੜੇ ਵੱਜਦੇ ਸਨ, ਇਹ ਪ੍ਰੋਪਰ ਤੁਸੀਂ ਕਹਿ ਸਕਦੇ ਹੋ ਜਿਹੜੇ ਛੁਰੇ ਨੇ, ਇਹ ਜਿਹੜੀਆਂ ਚੀਜ਼ਾਂ ਨੇ, ਤਲਵਾਰਾਂ ਨੇ ਜਿਹੜੀਆਂ ਨੇ ਪਿਓਰਲੀ ਜੀ ਬੈਂਡ ਬਾਜਾ, ਜਦੋਂ ਇਹਨਾਂ ਨੂੰ ਨਿਗਾਰੇ ਕਿਹਾ ਜਾਂਦਾ ਨਾ, ਜਿਹੜੇ ਨਿਗਾਰੇ ਮਾਰੇ ਜਾਂਦੇ ਸਨ। ਸੁਣੋ ਸੁਣੋ ਸੁਣੋ, ਨਹੀਂ ਇਹ ਉਹ ਰਸਤੇ 'ਚ ਸੁੱਟੇ ਜਾਂਦੇ ਸੀ, ਹਾਥੀ ਹੁਥੀ ਪੈਰਾਂ ਦੇ ਵਿੱਚ ਅੜ ਕੇ ਜਿਹੜੇ ਨੇ ਰੁਕਦੇ ਸਨ, ਬੇਦਰ ਹੋ ਜਾਂਦੇ ਸਨ। ਇਹ ਪਸਤੋਲਾਂ, ਬੰਦੂਕਾਂ, ਉਸ ਤੋਂ ਬਾਅਦ ਤਲਵਾਰਾਂ, ਤੀਰ ਔਰ ਕਮਾਨ, ਇਹ ਸਾਰੇ ਤੀਰ ਕਮਾਨ ਨੇ ਜੀ। ਹਾਂਜੀ, ਇੱਕ ਕਮਾਨ ਨਹੀਂ ਹੈਗੇ, ਕਾਫੀ ਜ਼ਿਆਦਾ ਸਾਰੇ ਆ, ਚਾਰ ਤਿੰਨ ਸੱਤ ਕਮਾਨ, ਬਾਕੀ ਤੀਰ ਆ, ਹੈਗਾ ਨਹੀਂ। ਹੋਰ ਇਹ ਪਸਤੋਲਾਂ, ਬੰਦੂਕਾਂ, ਗੱਟੇ ਜਿਹਨਾਂ ਨੂੰ ਕਿਹਾ ਜਾਂਦਾ ਸੀ, ਇਹ ਗੱਟੇ ਨੇ ਜੀ, ਟਿਸ਼ਕੂ ਟਿਸ਼ਕੂ ਜਿਹਦੇ ਨਾਲ ਕਰਦੇ ਸੀ ਜੀ। ਹੈਂਜੀ, ਇਹ ਜ਼ਰੀਨ ਹੈ ਜੀ, ਜ਼ਰੀਨ ਜਿਹੜੀਆਂ ਕਹਿੰਦੇ ਨੇ ਕਿ ਉਹਨਾਂ ਨੂੰ ਹੱਥਾਂ 'ਤੇ ਚੜਾਉਣ ਵਾਲੀਆਂ, ਸਿਰ 'ਤੇ ਛਾਤੀ ਦੇ ਉੱਤੇ ਕੋਈ ਤਲਵਾਰ ਮਾਰੇ ਅਤੇ ਉਹਨਾਂ ਨੂੰ ਕਾਬੂ ਕਰਨ ਵਾਸਤੇ, ਠੀਕ ਹੈ ਜੀ। ਇਹਦੇ ਵਿੱਚ ਮੁਖਤਲਿਫ ਕਿਸਮ ਦੀਆਂ ਤਲਵਾਰਾਂ ਵੀ ਨੇ ਔਰ ਹੱਥ ਦੇ ਦਸਤੇ ਵੀ ਨੇ। ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਮਾਈਨਸ ਕਿਹਾ ਜਾਂਦਾ ਉਸ ਦੌਰ ਦੀਆਂ ਜਿਹੜੀਆਂ ਨਾ, ਕਿ ਰਸਤੇ 'ਚ ਸੁੱਟ ਦਿੱਤਾ ਜਾਂਦਾ ਸੀ, ਜਿਹੜੀਆਂ ਕਿ ਕਿੱਲਾਂ ਚੁੱਭ ਜਾਂਦੀਆਂ ਸੀ। ਅੱਜ ਵੀ ਇਹ ਮਾਈਨਸ ਜਿਹੜੀਆਂ ਨੇ ਯੂਜ਼ ਕੀਤੀਆਂ ਜਾਂਦੀਆਂ ਨੇ ਵਾਰ ਸਟ੍ਰੈਟਜੀ ਦੇ ਅੰਦਰ, ਠੀਕ ਹੈ ਜੀ। ਇਹ ਪੈਰਾਂ 'ਚ ਅੜ ਜਾਂਦੇ ਸੀ ਜਦੋਂ ਹਾਥੀ ਜਾਂ ਘੋੜੇ ਫਿਰ ਅੱਗੇ ਚੱਲ ਨਹੀਂ ਸੀ ਸਕਦੇ, ਉਹਨਾਂ ਦੇ ਪੈਰਾਂ 'ਚ ਖੁੱਭਦੀਆਂ ਸੀ ਔਰ ਘੋੜੇ ਥੱਲੇ ਡਿੱਗ ਪੈਂਦੇ ਸਨ। ਇਹ ਇਸ ਵਾਸਤੇ ਨੇ। ਉਸ ਤੋਂ ਬਾਅਦ ਇੱਕ ਖਲੋਨਾ ਤੋਪ ਹੈ ਜਿਹੜੀ ਕਿ ਮਹਾਰਾਜਾ ਦਲੀਪ ਸਿੰਘ ਵਾਸਤੇ ਜਿਹੜੀ ਬਣਾਈ ਗਈ ਸੀ। ਇਹ ਅਲੀ ਹੈ ਜੀ, ਇਹ ਉਹਦਾ ਮਾਡਲ ਹੈ ਪੂਰਾ, ਠੀਕ ਹੈ ਜੀ। ਕਿਸ ਤਰ੍ਹਾਂ ਜਿਹੜੀਆਂ ਗੋਲੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਸੀ, ਆਹ ਦੇਖ ਲਓ ਜੀ, ਬਰੂਦ ਗਨ ਪਾਊਡਰ ਵਾਲੀ ਜੀ ਜੀ, ਗਨ ਪਾਊਡਰ ਫਿਲ ਕਰਨ ਵਾਲੀ ਜੀ, ਗਨ ਪਾਊਡਰ ਫਿਲ ਕੀਤਾ ਜਾਂਦਾ ਸੀ। ਨਾਲ ਹੀ ਨਾਲ ਜਿਹੜੀਆਂ ਨੇ ਉਹ ਜਿਹੜੀਆਂ ਦੰਦਾਂ ਨਾਲ ਖਿੱਚੀਆਂ ਜਾਂਦੀਆਂ ਸਨ ਉਹ ਵੀ ਹੈ ਨੇ। ਔਰ ਉਸ ਤੋਂ ਬਾਅਦ ਆ ਜਿਹੜੇ ਗੋਲੇ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਯੂਜ਼ ਕੀਤੀਆਂ ਜਿਹਨੇ ਡਾਈਆਂ ਠੀਕ ਹੈ ਜੀ, ਇਹ ਡਾਇਸ ਨੇ ਸਾਰੀਆਂ। ਹਾਂ, ਤੁਸੀਂ ਦੇਖੋ ਜੀ, ਇੱਕ ਪਿਸਤੌਲ ਹੈ ਅਤੇ ਨਾਲ ਹੀ ਉਹਦੇ ਖੰਜਰ ਵੀ ਜੁੜਿਆ ਹੋਇਆ ਹੈ ਕਿ ਉਹਨੂੰ ਸੇਮ ਟਾਈਮ ਦੇ ਉੱਤੇ ਛੁਰਾ ਵੀ ਤੁਸੀਂ ਇਹ ਤਕਨੀਕ ਅੱਜ ਕੱਲ੍ਹ 1K-47 ਦੇ ਆ ਕੇ ਛੁਰੀ ਲਾ ਕੇ ਯੂਜ਼ ਹੁੰਦੀ ਹੈ। ਇਹ ਤਾਂ ਪੱਕਾ ਫਿਕਸ਼ਨ ਹੈ, ਉਹ ਤਾਂ AK-47 ਦੇ ਨਵੀਂ ਤਕਨੀਕ ਚੱਲ ਰਹੀ ਹੈ ਜੀ ਜੀ, ਬਾਅਦ ਵਿੱਚ ਜਿਹੜੀ ਅਪਗ੍ਰੇਡ ਹੁੰਦੀ ਰਹੀ ਹੈ ਜੀ ਜੀ, ਬਿਲਕੁਲ। ਲਓ ਜੀ, ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਜਿਹੜੀ ਆ ਉੱਤੇ ਲੱਗੀ ਹੋਈ ਹੈ, ਲਹਿਰ-ਏ-ਪੰਜਾਬ ਦੇ ਨਾਲ ਨਾਲ ਹੁਣ ਵੀ ਜਾਣਿਆ ਜਾਂਦਾ, ਗੁਜਰਾਤ ਦੀ ਲੜਾਈ ਦੀ 1949-21 February ਉਹਦੀ ਫੋਟੋ ਆ, ਦੀ ਬੈਟਲ ਆਫ ਗੁਜਰਾਤ ਜੀ। ਸਮਿਟਰੀ ਤੁਹਾਨੂੰ ਮੈਂ ਆਲਰੇਡੀ ਦਿਖਾ ਚੁੱਕਿਆ, ਕਈ ਵਾਰ ਜਾ ਕੇ ਲਾਈਵ ਜਾ ਕੇ ਦਿਖਾ ਚੁੱਕਿਆ ਗੁਜਰਾਤ ਦੇ ਵਿੱਚ, ਫਿਰੋਜ਼ਸ਼ਹਿਰ 21 December 1845। ਇਹ ਸਿੱਖ ਇੰਗਲੀ ਵਾਸ ਦੀ ਜਿਹੜੀਆਂ ਪਿਕਚਰਸ ਨੇ ਉਹ ਮੌਜੂਦ ਨੇ। ਰਾਮਨਗਰ, ਰਸੂਲ ਨਗਰ, ਫਿਰ ਰਾਮਨਗਰ, ਫਿਰ ਰਸੂਲ ਨਗਰ, ਇਸ ਤਰ੍ਹਾਂ ਕਰਕੇ ਇਹਦੀ ਪੂਰੀ ਹਿਸਟਰੀ ਮਿਲਦੀ ਹੈ ਦਰਿਆਏ ਚਨਾਬ ਦੇ ਕਿਨਾਰੇ ਦੇ ਉੱਤੇ। ਇਹ ਵੀ ਸਿਮੈਟਰੀ ਤੁਹਾਨੂੰ ਮੈਂ ਕਾਫੀ ਵਾਰੀ ਦਿਖਾ ਚੁੱਕਿਆ ਹੋਇਆ, ਸੈਕਿੰਡ ਸਿੱਖ ਇੰਗਲੀ ਵਾਰ ਦੇ ਨਾਲ ਰਿਲੇਟਡ ਜਿਹੜੀਆਂ ਪੇਂਟਿੰਗਸ ਨੇ ਇਹ ਉਹ ਨੇ। ਚਲੋ ਓਵਰਵਿਊ ਹਲਕਾ, ਬੈਟਲ ਆਫ ਚੇਲਿਆਂ ਵਾਲਾ ਜੀ, ਜਿੱਥੋਂ ਕਿ ਕਹਿ ਲਓ ਤੁਸੀਂ ਮੇਨ ਸਰਕਾਰੇ ਖਾਲਸਾ ਜਿੱਥੋਂ ਖਤਮ ਹੋ ਜਾਂਦੀ ਆ ਕਿ ਇਹ ਫਾਈਨਲ ਉਹ ਵਾਰ ਸੀ ਜਿਹਨੂੰ ਕਿ ਸੈਕਿੰਡ ਸਿੱਖ ਇੰਗਲੀ ਵਾਰ ਕਿਹਾ ਜਾਂਦਾ।
ਇਹ ਮੇਰਾ ਖਿਆਲ ਹੈ ਕਿ ਇਹ ਬੈਟਲ ਆਫ ਮੂਲਤਾਨ ਬੈਟਲ ਆਫ ਮੁਲਤਾਨ ਦੀ ਪੇਂਟਿੰਗ ਹੈ ਜੀ। ਆ ਜੀ ਮੁੜਕੀ, ਇਹ ਈਸਟ ਪੰਜਾਬ 'ਚ ਹੈ ਜੀ, ਬੈਟਲ ਆਫ ਮੁੜਕੀ ਦੀ ਜਿਹੜੀ ਹੈ ਉਹ ਹੈ। ਅਤੇ ਬੈਟਲ ਆਫ ਐਲੀਵਾਲ 28 ਜਨਵਰੀ ਅਤੇ 1848। ਲਓ ਜੀ, ਇਹ ਜ਼ਿਰਾ ਬਿਲਕੁਲ ਓਰਿਜਨਲ ਹੈ ਜੀ। ਸਾਨੂੰ ਕਿਉਟਿਵ ਸਾਹਿਬ ਨੇ ਦੱਸਿਆ ਸੀ ਕਿ ਇਹ ਜਿਹੜੀ ਜ਼ਿਰਾ ਪਈ ਹੋਈ ਹੈ ਘੋੜੇ ਦੇ ਉੱਤੇ, ਇਹ ਬਕਾਇਦਾ ਤੌਰ 'ਤੇ ਉਹੀ ਹੈ, ਠੀਕ ਹੈ ਜੀ, ਜਿਹੜੀ ਘੋੜੇ ਦੇ ਉੱਤੇ ਪਈ ਹੋਈ ਹੈ ਸਪੈਸ਼ਲੀ ਇਹ ਚੀਜ਼ ਜਿਹੜੀ ਹੈ, ਇਟਸ ਰੀਅਲ। ਘੋੜਾ ਵੀ ਅਸਲੀ ਨਹੀਂ, ਘੋੜਾ ਤਾਂ ਦੱਸਿਆ ਸੀਗਾ ਨਾ ਮਹਾਰਾਜ, ਫਿਰ ਹੈ ਅਸਲੀ ਹੈ, ਲੇਕਿਨ ਉਹ ਵਾਲਾ ਘੋੜਾ ਨਹੀਂ ਜਿਹੜਾ ਮਹਾਰਾਜਾ ਦਾ ਸੀ। ਔਰ ਉਸ ਤੋਂ ਬਾਅਦ ਇਹ ਜੰਗੀ ਸਮਾਨ ਜਿਹੜਾ ਮਹਾਰਾਜਾ ਨਾਲ ਰਿਲੇਟਿਡ ਹੈ ਉਹ ਵੀ ਇੱਥੇ ਮੌਜੂਦ ਹੈ। ਹਾਂ, ਲੰਮੀਆਂ ਬੰਦੂਕਾਂ ਜਿਹੜੀਆਂ ਸਨ ਚੁੱਕਣੀ ਹੈ। ਲਓ ਜੀ, ਇਹ ਲੰਬੀਆਂ ਬੰਦੂਕਾਂ, ਉਹ 10 ਫੁੱਟ ਵਾਲੀ ਵੀ ਹੈ ਜੀ, 10-11 ਫੁੱਟ ਲੰਮੀ ਹੈ ਜੀ। ਇਹ ਉਹ ਗੱਲ ਜੇ ਆਪਣੇ ਬੰਦਾ ਲਾਊਗਾ ਤੇ ਉਹਨੂੰ ਕਿਸੇ ਨਾ ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਚਲਾਉਣੀ ਪਊਗੀ ਕਿਸੇ ਨਾ ਕਿਸੇ ਮਸਲੇ। ਇਹ ਜੀ 1799 ਤੋਂ ਲੈ ਕੇ 1846 ਤੱਕ, ਵਾਓ, ਖਾਲਸਾ ਰਾਜ ਸ਼ੁਰੂ ਹੋਣ ਤੋਂ ਲੈ ਕੇ ਅਤੇ ਐਂਡ ਤੱਕ ਜਿਹੜੀਆਂ ਕਿਲ੍ਹਾਦਾਰ, ਇਹਨੂੰ ਕਿਲ੍ਹਾਦਾਰ ਬੰਦੂਕਾਂ ਕਿਹਾ ਜਾਂਦਾ ਕਿ ਜਿਹੜੀਆਂ ਉਹ ਲੰਮੀਆਂ ਵਿੱਚੋਂ ਦੀ ਕੱਢ ਕੇ ਨਾ ਬਾਹਰ 6 ਫੁੱਟ ਮੋਟੀ ਦੀਵਾਰ 'ਚੋਂ ਬਾਹਰ ਇਹੀ ਚੱਲਦੀਆਂ ਸੀ ਨਾ ਉਸ ਵੇਲੇ। ਠੀਕ ਹੈ ਜੀ, ਬਿਲਕੁਲ ਵਧੀਆ। ਇਹ ਦੇਖ ਲਓ ਜੀ, ਇਹ ਲਿਖਿਆ ਹੋਇਆ ਬਕਾਇਦਾ ਤੌਰ ਦੇ ਉੱਤੇ। ਰੱਬ ਰੱਖਿਆ ਜੀ।